ਅਨਿਲ ਬਾਬਾ ਜੈਰਥ ਜੀ ਜਿਨ੍ਹਾਂ ਦੇ ਬੇਟੇ ਚਿਰਾਗ ਦਾ ਜਨਮਦਿਨ ਬੜੀ ਧੂਮਧਾਮ ਦੇ ਨਾਲ ਸ਼ਿਵਾਲਿਆ ਮੰਦਿਰ ਵਿੱਚ ਮਨਾਇਆ ਗਿਆ ਔਰ ਅੱਜ ਜਿਹੜੀਆਂ ਬੱਸਾਂ ਲੈ ਕੇ ਇਹ ਜਾ ਰਹੇ ਨੇ ਗੁੱਗਾ ਯਾਰ ਵੀਰ ਔਰ ਨਾਲ ਨਾਲ ਇੱਕ ਦੋ ਜਗ੍ਹਾ 'ਤੇ ਹੋਰ ਜਾਣਗੇ। ਬੱਚੇ ਦਾ ਜਨਮਦਿਨ ਆ, ਬਾਬਾ ਜੀ ਨਾਲ ਨੇ, ਸੰਗਤ ਪੂਰੀ ਨਾਲ ਆ। ਬਾਬਾ ਗੁੱਗਾ ਯਾਰ ਵੀ ਜਾ ਰਹੇ ਨੇ, ਨਾਲ ਬਾਲਾ ਜੀ ਜਾ ਰਹੇ ਨੇ, ਜਿਹੜੀਆਂ ਦੋ ਬੱਸਾਂ ਦੇ ਵਿੱਚ ਸੰਗਤ ਜਾ ਰਹੀ ਆ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਏਕਤਾ ਲਹਿਰ 'ਤੇ। ਬਾਬਾ ਜੀ ਜੀ ਕਰ ਰਹੇ ਗੁੱਗਾ ਯਾਰ ਵੀਰ ਜੀ ਦਾ, ਅੱਜ ਗੁਰੂ ਦੇ ਭਗਤ ਚੰਦਰ ਕਿਸ਼ੋਰ ਜੀ ਅਤੇ ਗੁੱਗਾ ਯਾਰ ਪੀਰ ਜੀ ਦੀ ਅਪਾਰ ਕਿਰਪਾ ਦੇ ਨਾਲ ਸਾਰੀ ਸੰਗਤ ਗੁੱਗਾ ਮਾਰੀ ਰਾਜਸਥਾਨ ਅਤੇ ਬਾਲਾ ਜੀ ਅਤੇ ਮਹਾਰਾਜ ਦੇ ਦਰਸ਼ਨ ਲਈ ਸਭ ਜਾ ਰਹੇ ਨੇ। ਬਾਬਾ ਜੀ ਅਪਾਰ ਕਿਰਪਾ ਇਹਨਾਂ ਉੱਤੇ ਰੱਖੇ। ਜੀ ਕਹਿੰਦਾ ਗੁੱਗਾ ਯਾਰ ਪੀਰ ਜੀ ਦਾ ਦਰਬਾਰ ਕੀ ਜੈ, ਗੁੱਗਾ ਯਾਹਰ ਪੀਰ ਜੀ ਬਹੁਤ ਸਾਚੇ ਦਰਬਾਰ ਕੀ ਜੈ। ਗੁੱਗਾ ਯਾਹਰ ਪੀਰ ਜੀ, ਭਗਤ ਚੰਦਰ ਕਿਸ਼ੋਰ ਜੀ, ਭਗਤ ਹਰੀਸ਼ ਭੱਲਾ ਜੀ ਦੀ ਅਪਾਰ ਕਿਰਪਾ ਨਾਲ ਭਗਤ ਅਨਿਲ ਕੁਮਾਰ ਜੈਰਸ ਜੀ ਗੱਦੀ ਨਸ਼ੀਨ ਮੰਦਿਰ ਗੁੱਗਾ ਯਾਹਰ ਵੀਰ ਵਜਵਾੜਾ ਕਲਾ, ਉਹਨਾਂ ਦੀ ਰਹਿਨੁਮਾਈ ਹੇਠ ਅੱਜ ਬੱਸਾਂ ਕੀ ਜੋ ਜੱਥਾ ਹੈ ਗੁੱਗਾ ਯਾਹਰ ਪੀਰ ਮੰਦਿਰ ਗੁੱਗਾ ਮਾੜੀ, ਉਸ ਤੋਂ ਬਾਅਦ ਸਾਲਾਸਰ ਬਾਲਾ ਜੀ ਜਾਵੇਗੀ। ਸਾਰੀ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ। ਸੰਗਤਾਂ ਬੜੀ ਦੂਰੋਂ ਦੂਰੋਂ ਬਜਵਾੜੇ ਤੋਂ, ਹੁਸ਼ਿਆਰਪੁਰ, ਨਕੋਦਰ, ਹੋਰ ਵੀ ਕਈ ਥਾਵਾਂ ਤੋਂ ਬੜੇ ਉਤਸ਼ਾਹ ਦੇ ਨਾਲ ਆਈ ਹੈ। ਬਾਬਾ ਜੀ ਵੀਰ ਬਜਰੰਗੀ ਹਮੇਸ਼ਾ ਇਹਨਾਂ ਦੀਆਂ ਮਨੋਕਾਮਨਾ ਪੂਰਨ ਕਰਨ, ਸਭ ਨੂੰ ਖੁਸ਼ੀਆਂ ਦਾ ਆਸ਼ੀਰਵਾਦ ਦੇਣ। ਜੈਕਾਰਾ ਹੈ ਵੀਰ ਬਜਰੰਗੀ, ਹਰ ਹਰ ਮਹਾਦੇਵ। ਅੱਜ ਅਸੀਂ ਗੁੱਗਾ ਯਾਹਰ ਵੀਰ ਦੀ ਅਪਾਰ ਕਿਰਪਾ ਦੇ ਨਾਲ ਭਗਤ ਚੰਦਰ ਕਿਸ਼ੋਰ ਜੀ, ਹਰੀਸ਼ ਚੰਦਰ ਭੱਲਾ ਜੀ, ਅਨਿਲ ਜੈਰਸ ਜੀ ਬੱਚੇ ਦੀ ਪਿੱਛੇ ਖੁਸ਼ੀ ਮਨਾਈ, ਜਨਮਦਿਨ ਦੀ ਬੜੇ ਵਧੀਆ ਫੰਕਸ਼ਨ ਕੀਤਾ। ਅੱਜ ਬਾਬਾ ਜੀ ਅਨਿਲ ਕੁਮਾਰ ਜੈਰਸ ਜੀ ਸਾਰੀ ਸੰਗਤ ਨੂੰ ਨਾਲ ਲੈ ਕੇ ਰਾਜਸਥਾਨ ਮੱਥਾ ਟੇਕਣ ਲਈ ਜਾ ਰਹੇ ਆ, ਉਹ ਨਾਲ ਬਾਲਾ ਜੀ ਮੱਥਾ ਟੇਕਣਗੇ। ਬਾਬਾ ਜੀ ਸਾਰਿਆਂ ਦੇ ਅਪਾਰ ਕਿਰਪਾ ਕਰਨਗੇ। ਜੈ ਬਾਬਾ ਜੀ। ਜੈ ਬਾਬਾ। ਹਾਂਜੀ ਹਾਂਜੀ, ਮੈਂ ਬਾਬਾ ਜੀ ਦਾ ਸੇਵਕ ਜੀ ਲੱਕੀ ਜੀ। ਅਸੀਂ ਸਾਰੇ ਰਲ ਮਿਲ ਕੇ ਚੱਲੇ ਜੀ ਬਾਬਾ ਜੀ ਦੇ ਦਰਸ਼ਨ ਕਰਨ, ਔਰ ਬਾਬਾ ਜੀ ਇੱਕ ਆਵਾਜ਼ ਲਗਾਉਂਦੇ ਆ ਅਤੇ ਹਜ਼ਾਰਾਂ ਬੰਦੇ ਖੜ੍ਹੇ ਹੋ ਜਾਂਦੇ ਆ ਜੀ ਨਾਲ ਜਾਣ ਨੂੰ। ਬਾਬਾ ਜੀ ਦਾ ਪਿਆਰ ਹੀ ਇੰਨਾ ਜ਼ਿਆਦਾ ਜੀ। ਜੈ ਬਾਬਾ ਜੀ ਦੀ। ਬਿਲਕੁਲ ਜੀ, ਪਿਆਰ ਕਹਿੰਦੇ ਇੰਨਾ ਜ਼ਿਆਦਾ ਆ। ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਅਨਿਲ ਬਾਬਾ ਜੈਰਸ ਜੀ, ਅੱਜ ਚਿਰਾਗ ਦਾ ਜਨਮ ਦਿਨ ਆ। ਇਹ ਚਿਰਾਗ ਨੂੰ ਬਿਲਕੁਲ ਕਲੋਜ ਕਰਕੇ ਦਿਖਾ ਦਿਓ, ਇੱਕ ਜੈਕਾਰਾ ਨਾਲ ਲਾਉਣਾ ਸਾਰਿਆਂ ਨੇ ਆਪਾਂ। ਜੈਕਾਰ ਗੁੱਗਾ ਯਾਰ ਵੀਰ ਜੀ ਦਾ। ਜੈ ਬੋਲਦਾ ਜੀ, ਇਹ ਵੀ ਚਿਰਾਗ ਬੇਟਾ ਅਨਿਲ ਬਾਬਾ ਜੈਰਸ ਜੀ ਦਾ, ਜਿਹੜੇ ਕਿ ਹਾਂ ਜੈ ਬੋਲੂਗਾ। ਹਾਂ ਜੈ, ਦੇਖੋ ਜੀ, ਹਾਂ ਹੱਥ ਖੜੇ ਕਰ ਲਏ ਜੀ। ਬਿਲਕੁਲ ਜੀ, ਜੈ ਬੋਲ ਰਿਹਾ ਛੋਟਾ ਬੱਚਾ ਚਿਰਾਗ ਅਨਿਲ ਬਾਬਾ ਜੈਰਸ ਜੀ, ਜਿਨ੍ਹਾਂ ਨੇ ਇੱਕ ਚੌਂਕੀ ਵੀ ਲਵਾਈ ਸ਼ਿਵਾਲਿਆ ਮੰਦਿਰ ਦੇ ਵਿੱਚ। ਅੱਜ ਜਿਹੜੀਆਂ ਦੋ ਬੱਸਾਂ ਆ ਬਾਲਾ ਜੀ ਔਰ ਗੁੱਗਾ ਯਾਰ ਵੀਰ ਦੇ ਲੈ ਕੇ ਜਾ ਰਹੇ ਨੇ, ਸੰਗਤ ਬਹੁਤ ਸਾਰੀ ਨਾਲ ਜਾ ਰਹੀ ਆ। ਤਸਵੀਰਾਂ ਤੁਹਾਨੂੰ ਏਕਤਾ ਲਹਿਰ 'ਤੇ ਦਿਖਾ ਰਹੇ ਹਾਂ, ਕੈਮਰਾ ਪਰਸਨ ਸੁਮਿਤ ਧੀਂਗੜਾ ਦੇ ਨਾਲ ਸੁਸ਼ੀਲ ਧੀਂਗੜਾ, ਏਕਤਾ ਲਹਿਰ ਨਿਊਜ਼, ਨਕੋਦਰ।